अस्सलाम वालेकुम, ठीक ठाक हो? आज से सब्जी ना मेवा बना लगे हैं पंजीरी। क्या बाने पे हो माँ? ए बादाम, बादाम बाने हैं। मैं बादाम में क्या लेकर सुन? बंदा ग्रेंड भी कर सकना है पर वो मजा नहीं होना। ग्रेंड आला कितना कबासा मां? ए चार कनो आई बस जाओ आला। ए हुन से खोपा बन लगया जड़ा कद्दू कश कीता सी। ए से शक्कर बन गया। ए तीन प्यालियां सन देखियां से इसे बन लगया। टेस्ट करो भाई। जी हाँ टेस्ट करो। इट इज वेरी टेस्टी, बहुत मजेदार है, जबरदस्त। अम्मा ने मेहनत रंग ला ली। हर शे मिक्स है। देसी घ्यो मान लगे बिस्मिल्लाह। देसी घ्यो मान लगे हैं। ते फिर इस बस सूजी जड़े हल्की हल्की आंच पर इसकी बना के फिर सूजी सरनी है। ते घ्यो गर्म हो जासी। हूं सूजी बस घ्यो गर्म हो गया। तकनियां विच इतना इस च पैनी है। तकरीबन कितने प्यालियां औसन? ए औसन कम से कम किलो तो सी थोड़ी खुश बना सो ना भाई।
ਮਤਲਬ ਅਸਾਂ ਉਹ ਜਿਸ ਤਰ੍ਹਾਂ ਲੱਡੂ ਜੇ ਬਣਾਉਣੇ ਨੇ ਅਸਾਂ ਉਹਨਾਂ ਬਣਾਉਣ ਲੱਗੇ ਨਾ ਲੱਡੂ ਨਹੀਂ ਬਣਾ ਸਨ ਠੀਕ ਹਾਂ ਅਤੇ ਫਿਰ ਦੁੱਧ ਨਾਲ ਖਾਓ ਚਾਹ ਨਾਲ ਖਾਓ ਨਰਨੇ ਪੇਟ ਸੁਬਾ ਰਾਤੀ ਦਫਾ ਪੀਣੇ ਹੋ ਚਾਹ ਨਾਲ ਤਾਂ ਨਹੀਂ ਜ਼ਿਆਦਾ ਬੈਸਟ ਹੈ ਕਿ ਦੁੱਧ ਨਾ ਖਾਓ ਹਾਂ ਹੈ ਨਾ ਇਸਕੀ ਹੁਣ ਬਰਾਊਨ ਕਰ ਸਾਂ ਲਾਈਟ ਲਾਈਟ ਬਰਾਊਨ ਹੋ ਸੀ ਬਰਾਊਨ ਅੱਲਾ ਐਡੀ ਮੁਸ਼ਕਿਲ ਨਹੀਂ ਹੈ ਇਸੇ ਬਰਾਊਨ ਕਰ ਸਾਂ ਫਿਰ ਇਸ ਵਿੱਚ ਮੇਵੇ ਪਾ ਸਾਂ ਅੱਲਾ ਹਾਂ ਫਿਰ ਬੁਨ ਲਾ ਸਾਂ ਦਾ ਫਿਰ ਪਾ ਸਾਂ ਸ਼ੱਕਰ ਮਤਲਬ ਚਮਚ ਹਲਾਣੇ ਰਹਿਣਾ ਵਾ ਕਿ ਬਈ ਬੁਨਣਾ ਲੱਗੀ ਚ ਹਾਂ ਖੁਸ਼ਕ ਨਾ ਇਹ ਸੜੇ ਨਾ ਬਈ ਸੜੇ ਨਾ ਉਹ ਨਾ ਮਸਲਸਲ ਚਮਚ ਲਾਣਾ ਵਾ ਇਹ ਤਾਂ ਬਾਹ ਵੀ ਥੱਕੀ ਜਾਣੀ ਹੋ ਸੀ ਅੰਮਾ ਤਾਂ ਸਾਨੂੰ ਬਾਹ ਤਾਂ ਕਿ ਤੁਸੀਂ ਨਾ ਲਾਇਆ ਤਾਂ ਫਿਰ ਸੜਸੀ ਨਾ ਤੇਜ਼ ਖਰਾਬ ਹੋ ਜਾਸੀ ਲੱਗਣਾ ਥੋੜੀ ਜ਼ੋਰ ਨਾ ਬਾਹਾਂ ਬਿਲਕੁਲ ਹਲਕੀ ਆਂਚ ਪਰ ਮਤਲਬ ਕਿ ਦਰਮਿਆਨੀ ਆਂਚ ਪਰ ਨਾ ਬਹੁਤ ਜ਼ਿਆਦਾ ਤੇਜ਼ ਨਾ ਬਹੁਤ ਜ਼ਿਆਦਾ ਹਲਕੀ ਹਾਂ ਬਸ ਦਰਮਿਆਨੀ ਹੋਵੇ ਨਾ ਠੀਕ ਤੇ ਸੰਨੀ ਨਹੀਂ ਨਾ ਹਾਂ ਸਹੀ ਹੋ ਗਿਆ ਹੁਣ ਠੰਡਾ ਸੀ ਇਹਨੇ ਚਾਰ ਸ਼ੈ ਮਿਕਸ ਕਰਸਾਂ ਫਿਰ ਇਸਨੇ ਲੱਡੂ ਬਣਾ ਸਕਾਂ ਲੱਡੂ ਆਖਣੇ ਸੁਣਨਾ ਬਣਾਉਣੇ ਬਣਾਏ ਸਾਂ ਜਿਹੜਾ ਠੰਡਾ ਸੀ ਫਿਰ ਉਹ ਚੀਜ਼ਾਂ ਸਾਰੀਆਂ ਬਾਈ ਕੇ ਮਿਕਸ ਕਰ ਸਾਂ ਫਿਰ ਮਿਕਸ ਕਰ ਸਾਂ ਨਾ ਸਭ ਤੋਂ ਆਸਾਨ ਪੰਜੀਰੀ ਹਾਂ ਮੁਸ਼ਕਲ ਕੋਈ ਨਹੀਂ ਬਸ 10 ਮਿੰਟਾਂ ਦੇ ਵਿੱਚ ਤਿਆਰ ਉਹ ਵੀ ਮੈਂ ਜ਼ਰਾ ਜ਼ਿਆਦਾ ਦੱਸੀ ਦਿੱਤੇ ਨਾ ਬਹਿਰਾਲ ਸਭ ਤੋਂ ਈਜ਼ੀ ਪੰਜੀਰੀ